ਆ ਕਿ ਹੁਣ ਜੇ ਘਰ ਚਲਾਣਾ ਤਾਂ ਮੀਆਂ ਬੀਬੀ ਨੂੰ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨਾ ਪੈਂਦਾ ਵਾ। ਬਿਲਕੁਲ ਮੈਡਮ, ਮਹਿੰਗਾਈ ਦਾ ਜ਼ਮਾਨਾ, ਤੁਹਾਨੂੰ ਪਤਾ ਹੈ ਅੱਜ ਕੱਲ੍ਹ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਜ਼ਰੂਰ ਚੱਲਣਾ ਚਾਹੀਦਾ। ਫਿਲਹਾਲ ਮੈਡਮ ਚੱਲ ਵੀ ਰਹੇ ਨੇ, ਬਹੁਤ ਖੁਸ਼ੀ ਹੁੰਦੀ ਹੈ ਮੈਡਮ, ਖੁਸ਼ੀ ਖੁਸ਼ੀ ਕੰਮ ਕਰ ਰਹੇ ਹਾਂ, ਉਹਨੇ ਕੰਮ ਵੀ ਕਰ ਰਹੇ ਹਾਂ, ਇੰਜੋਏ ਵੀ ਕਰ ਰਹੇ ਹਾਂ। ਲੋਕ ਨੇ ਜਿਹੜੇ ਉਹ ਆ ਕੇ ਖਾਣਾ ਪਸੰਦ ਕਰ ਰਹੇ ਨੇ। ਹਾਂਜੀ ਹਾਂਜੀ ਮੈਡਮ, ਬਹੁਤ ਪਸੰਦ ਕਰ ਰਹੇ, ਕਿਉਂਕਿ ਆਪਾਂ ਜਿੰਨਾ ਵੀ ਹੈ ਸਾਰਾ ਤਾਜ਼ਾ ਹੀ ਫਰੈਸ਼ ਹੀ ਦੇਈਦਾ। ਰੋਟੀ ਵੀ ਸਾਡੀ ਨਾਲ ਦੀ ਨਾਲ ਹੀ ਤਿਆਰ ਹੁੰਦੀ ਹੈ, ਇਹ ਨਹੀਂ ਅਸੀਂ ਘਰੋਂ ਬਣਾ ਕੇ ਲਿਆਉਂਦੇ ਹਾਂ, ਸਭ ਕੁਛ ਆਲਰੇਡੀ ਨਾਲ ਦੀ ਨਾਲ ਹੀ ਤਿਆਰ। ਕਦੀ ਲੜਾਈ ਲੜੂਈ ਵੀ ਹੋ ਜਾਂਦੀ ਹੈ ਇੱਥੇ ਬੈਠੇ ਬੈਠੇ? ਮਾੜੀ ਮੋਟੀ ਕਰ ਲਈਦੀ ਹੈ ਜੀ, ਬਸ ਮਾੜੀ ਮੋਟੀ ਨੇਕ ਨੋਕ ਚੋਕ ਚੱਲਦੀ ਰਹਿੰਦੀ ਹੈ। ਕਈ ਵਾਰੀ ਸਲਾਦ ਵਿੱਚ ਹੀ ਰੁੱਸ ਜਾਂਦੇ ਨੇ ਮੈਡਮ। ਅੱਛਾ, ਸਲਾਦ ਵਿੱਚ ਕਿੱਦਾਂ ਰੁੱਸ ਜਾਂਦੇ ਨੇ? ਤੇ ਮੈਂ ਨਹੀਂ ਕੱਟਣਾ, ਤੁਸੀਂ ਕੱਟੋਗੇ। ਤੇ ਮੈਡਮ ਕਦੀ ਇਹ ਨਹੀਂ ਕਹਿੰਦੇ ਕਿ ਨਹੀਂ ਨਹੀਂ ਅੱਜ ਰੋਟੀ ਵੀ ਮੈਂ ਨਹੀਂ ਬਣਾਉਣੀ, ਤੁਸੀਂ ਉਹ ਬਣਾਓ? ਮੈਡਮ ਨੂੰ ਪਤਾ ਫਿਰ ਮੈਂ ਨਹੀਂ ਨਾ ਬਣਾ ਸਕਦਾ। ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਈਸ਼ਾ। ਕਹਿੰਦੇ ਨੇ ਕਿ ਜਿਹੜਾ ਘਰ ਆ, ਹੁਣ ਮੀਆਂ ਬੀਵੀ ਜੇ ਦੋਨੇ ਕਮਾਉਂਦੇ ਨੇ, ਦੋਵੇਂ ਇੱਕ ਦੂਜੇ ਦਾ ਸਾਥ ਦਿੰਦੇ ਨੇ ਤਾਂ ਹੀ ਚੱਲਦਾ, ਕਿਉਂਕਿ ਮਹਿੰਗਾਈ ਦਾ ਜ਼ਮਾਨਾ ਹੈ। ਜਦ ਤੱਕ ਦੋਵੇਂ ਮੋਢੇ ਨਾਲ ਮੋਢਾ ਲਾ ਕੇ ਕੰਮ ਨਹੀਂ ਕਰਨਗੇ ਤਦ ਤੱਕ ਘਰ ਆ ਜਿਹੜਾ ਉਹ ਨਹੀਂ ਚੱਲ ਸਕਦਾ। ਅਤੇ ਤੁਹਾਨੂੰ ਇੱਕ ਤੁਰਦੀ ਫਿਰਦੀ ਰਸੋਈ 'ਚ ਲੈ ਕੇ ਜਾ ਰਹੇ ਹਾਂ, ਜਿਹੜੀ ਕਿ ਹੰਬੜਾਂ ਤੋਂ ਲੁਧਿਆਣਾ ਦੇ ਵਿੱਚ ਆਉਂਦੀ ਹੈ। ਅਤੇ ਜਿਹੜੀ ਵਾਈਫ ਹੈ ਉਹ ਤਾਜ਼ੀਆਂ ਤਾਜ਼ੀਆਂ ਰੋਟੀਆਂ ਬਣਾ ਕੇ ਲੋਕਾਂ ਨੂੰ ਖਵਾਉਂਦੀ ਹੈ, ਉੱਧਰ ਹਸਬੈਂਡ ਨੇ ਜਿਹੜੇ ਉਹ ਸਰਵ ਕਰਦੇ ਨੇ, ਦੋਵੇਂ ਮਿਲ ਵੰਡ ਕੇ ਜਿਹੜੇ ਮੀਆਂ ਬੀਵੀ ਨੇ ਉਹ ਕੰਮ ਕਰਦੇ ਪਏ ਨੇ। ਤਸਵੀਰ ਵੇਖ ਸਕਦੇ ਹੋ ਕਿ ਜਿੱਥੇ ਇੱਕ ਪਾਸੇ ਮੈਮ ਨੇ ਰੋਟੀਆਂ ਬਣਾ ਰਹੇ ਨੇ, ਦੂਜੇ ਪਾਸੇ ਸਰ ਸੈਲਡ ਕੱਟ ਰਹੇ ਨੇ। ਇੱਦਾਂ ਹੀ ਜਿਹੜੀ ਗੱਡੀ ਆ ਉਹ ਚੱਲਦੀ ਆ, ਗੱਲਬਾਤ ਕਰਦੇ ਆ ਇਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ। ਘਰ ਪਰਿਵਾਰ ਕਿੱਦਾਂ? ਸਭ ਵਧੀਆ ਜੀ। ਜੀ ਸਰ, ਕੀ ਕਾਰਨ ਰਿਹਾ ਕਿ ਹੈ ਨਾ ਤੁਰਦੀ ਫਿਰਦੀ ਰਸੋਈ ਆਪਾਂ ਗੱਡੀ ਦੇ ਵਿੱਚ ਹੀ ਲਾ ਲਈ? ਮੈਡਮ, ਮੈਨੂੰ ਖੁਦ ਆਪਣਾ ਕੰਮ ਕਰਨਾ ਸੀਗਾ, ਬਸ ਇਸ ਕਰਕੇ ਇਹ ਸੋਚਿਆ ਕਿ ਮੀਆਂ ਬੀਵੀ ਦੋਨੇ ਰਲ ਕੇ ਕੰਮ ਕਰਾਂਗੇ। ਜਿਵੇਂ ਮੈਂ ਕਿਹਾ ਕਿ ਹੁਣ ਜੇ ਘਰ ਚਲਾਉਣਾ ਤਾਂ ਮੀਆਂ ਬੀਵੀ ਨੂੰ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨਾ ਪੈਂਦਾ ਵਾ, ਹੈ ਨਾ? ਅਤੇ ਇਸ ਤਰੀਕੇ ਦੇ ਨਾਲ ਕੰਮ ਆ ਜਿਹੜਾ ਆਸਾਨ ਵੀ ਹੋ ਜਾਂਦਾ, ਨਾਲੇ ਸਾਥ ਹੋ ਜਾਂਦਾ ਵਾ। ਬਿਲਕੁਲ ਮੈਡਮ, ਮਹਿੰਗਾਈ ਦਾ ਜ਼ਮਾਨਾ, ਤੁਹਾਨੂੰ ਪਤਾ ਹੈ ਅੱਜ ਕੱਲ੍ਹ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਜ਼ਰੂਰ ਚੱਲਣਾ ਚਾਹੀਦਾ। ਫਿਲਹਾਲ ਮੈਡਮ ਚੱਲ ਵੀ ਰਹੇ ਨੇ। ਜੀ, ਖੁਸ਼ੀ ਹੁੰਦੀ ਹੈ ਜਦੋਂ ਇਸ ਤਰੀਕੇ ਨਾਲ ਕੰਮ ਕੀਤਾ ਜਾਂਦਾ? ਬਹੁਤ ਖੁਸ਼ੀ ਹੁੰਦੀ ਹੈ ਮੈਡਮ, ਖੁਸ਼ੀ ਖੁਸ਼ੀ ਕੰਮ ਕਰ ਰਹੇ ਹਾਂ, ਉਹਨੇ ਕੰਮ ਵੀ ਕਰ ਰਹੇ ਹਾਂ, ਇੰਜੋਏ ਵੀ ਕਰ ਰਹੇ ਹਾਂ। ਸਰ, ਪਹਿਲਾਂ ਕੀ ਕਰਦੇ ਹੁੰਦੇ ਸੀ ਤੁਸੀਂ? ਪਹਿਲਾਂ ਮੈਂ ਨੌਕਰੀ ਕਰ ਰਿਹਾ ਸੀ ਮੈਡਮ। ਹਾਂਜੀ, ਹੋਟਲ ਦੇ ਵਿੱਚ ਨੌਕਰੀ ਕਰਦਾ ਸੀਗਾ ਮੈਂ। ਜੀ, ਉੱਥੇ ਕੀ ਕੰਮ ਕਰਦੇ ਸੀ? ਉੱਥੇ ਮੈਂ ਡਰਾਈਵਿੰਗ ਦਾ ਕੰਮ ਕਰਦਾ ਜੀ ਮੈਡਮ। ਡਰਾਈਵਰੀ ਦਾ ਕੰਮ ਕਰਦੇ ਕਰਦੇ ਅਚਾਨਕ ਸ਼ੌਂਕ ਕਿੱਦਾਂ ਪੈਂਦਾ ਕਿ ਤੁਸੀਂ ਆ ਖਾਣ ਪੀਣ ਵਾਲੇ ਪਾਸੇ ਆ ਜਾਂਦੇ ਹੋ? ਕਿੱਦਾਂ ਮਾਈਂਡ ਦੇ ਵਿੱਚ ਆਉਂਦਾ ਕਿ ਮੈਂ ਆਪਦਾ ਬਿਜ਼ਨਸ ਤਾਂ ਸ਼ੁਰੂ ਕਰਨਾ ਬਟ ਖਾਣ ਪੀਣ ਵਾਲੇ ਪਾਸੇ ਕਰਨਾ? ਜਿੱਦਾਂ ਮੈਡਮ, ਇੱਥੇ ਮੈਂ ਲੋਕਲੀ ਕੰਮ ਕਰਿਆ 8-9 ਸਾਲ, ਇੱਥੇ ਲੋਕਲੀ ਲਾਇਆ ਯਾਦ ਦੇ ਵਿੱਚ। ਉਸ ਦੇ ਵਿੱਚ ਫਿਰ ਇਹੀ ਹੋਇਆ ਕਿ ਵਾਈਫ ਨੂੰ ਵੀ ਸੀਗਾ ਕਿ ਮੈਂ ਨਾਲ ਕੁਛ ਨਾ ਕੁਛ ਹੈਲਪ ਕਰਾਵਾਂ, ਫਿਰ ਇਹੀ ਸੀਗਾ ਕਿ ਅਸੀਂ ਦੋਨੇ ਰਲ ਕੇ ਇਹੀ ਇੱਕ ਕੰਮ ਕਰ ਸਕਦੇ ਜੋ ਸਾਡੇ 'ਚ ਹੁਨਰ ਹੈ, ਮੈਡਮ 'ਚ ਹੁਨਰ ਹੈ, ਮੇਰੇ 'ਚ ਹੁਨਰ ਹੈ, ਬਸ ਆਪਣੇ ਟੈਲੈਂਟ ਨੂੰ। ਜੀ, ਕਿੰਨਾ ਕੁ ਟਾਈਮ ਲੱਗ ਗਿਆ ਤੁਹਾਨੂੰ, ਹੋ ਗਿਆ ਤੁਹਾਨੂੰ ਇੱਥੇ? ਸਾਨੂੰ ਮੈਡਮ ਹੋ ਗਏ ਇੱਥੇ, ਦਸੰਬਰ ਦੇ ਵਿੱਚ ਸ਼ੁਰੂ ਕਰਿਆ ਸੀ ਕੰਮ, ਫਿਰ ਗੱਡੀ ਦੀ ਦਿੱਕਤ ਕਰਕੇ ਬੰਦ ਕਰਤਾ ਸੀਗਾ, ਬਟ ਹੁਣ ਨਵੀਂ ਗੱਡੀ ਲੈ ਕੇ ਆਪਣੇ ਕੰਮ ਸਟਾਰਟ ਕਰਿਆ ਸੀ। ਗੱਡੀ ਕਿਸ ਤਰੀਕੇ ਨਾਲ ਤਿਆਰ ਕਰਵਾਈ? ਗੱਡੀ ਮੈਡਮ ਬਸ ਆਪਦਾ ਜਿੰਨਾ ਕੁ ਦਿਮਾਗ ਸੀਗਾ ਉਹਨੇ ਇੱਕ ਦਿਮਾਗ ਨਾਲ ਆਪਦੇ ਤਿਆਰ ਕਰਵਾਈ। ਜੀ, ਚੱਲਦੇ ਫਿਰਦੇ ਰਸੋਈ ਬਣਾ ਲਈ? ਬਿਲਕੁਲ ਮੈਡਮ, ਸਾਰਾ ਕੁਝ ਵਿੱਚ ਹੀ ਤੁਹਾਨੂੰ ਮਿਲੂਗਾ। ਜੀ, ਮੈਮ ਨਾਲ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਮਤਲਬ ਕਿੱਦਾਂ ਤਿਆਰੀਆਂ ਕਰਦੇ ਹੋ, ਕਿੰਨੇ ਵਜੇ ਸਵੇਰੇ ਉੱਠਣਾ ਪੈਂਦਾ ਵਾ? ਹਾਂਜੀ ਮੈਮ, ਸਵੇਰੇ ਮੈਮ 4 ਵਜੇ ਉੱਠ ਕਰੀਦਾ, 4 ਤੋਂ 5 ਵਜੇ ਤੱਕ, ਫਿਰ ਸਬਜ਼ੀਆਂ ਬਣਾ ਕੇ ਮੈਮ, ਅਤੇ ਘਰ ਦਾ ਵੀ ਕੰਮ ਕਰਨਾ ਹੁੰਦਾ ਹੈ, ਬੇਟੇ ਨੇ ਗੇ ਮੈਮ, ਉਹਨਾਂ ਨੂੰ ਵੀ ਸਾਂਭਣਾ ਹੁੰਦਾ। ਜੀ ਹਾਂਜੀ, ਮਤਲਬ ਪ੍ਰੋਪਰ ਪੂਰਾ ਕੰਮ ਕਰਕੇ ਫਿਰ ਤੁਸੀਂ ਆ ਕੇ ਹਸਬੈਂਡ ਦਾ ਸਾਥ ਵੀ ਦਿੰਦੇ? ਹਾਂਜੀ ਮੈਮ। ਪਹਿਲਾਂ ਕੀ ਕਰਦੇ ਹੁੰਦੇ ਸੀ? ਹਾਊਸ ਵਾਈਫ ਸੀ। ਕਦੀ ਸੋਚਿਆ ਸੀਗਾ ਕਿ ਇੱਦਾਂ ਵੀ ਕੰਮ ਕਰੂੰਗੇ? ਨਹੀਂ ਮੈਮ, ਮੈਂ ਤਾਂ ਕਦੇ ਸੋਚਿਆ ਤਾਂ ਨਹੀਂ ਸੀ, ਪਰ ਹੁਣ ਜਿਹੜਾ ਹੋ ਰਿਹਾ ਮੈਮ ਬਹੁਤ ਵਧੀਆ ਵਾ। ਅਤੇ ਮੈਂ ਤੁਹਾਨੂੰ ਦੱਸਣਾ ਚਾਹੂੰਗੀ, ਜਿਵੇਂ ਸਾਡੇ ਘਰਾਂ ਦੇ ਵਿੱਚ ਕਿਚਨ ਹੁੰਦੀ ਹੈ ਨਾ,
सेम ओही जिहड़ा पूरा माहौल है इत्थे बनिया होया वा, जिवें गैस पिया वा, सिलंडर पिया वा, नाल भांडे पए ने, टोकरा पिया वा भांड्या वाला, दूजे पासे भांडे आ जिहड़े धोते भी जा रहे ने। सर लोकां दा रिस्पोंस किस तरह दा मिल रिहा वा? बहुत वधिया रिस्पोंस मिल रिहा मैडम जी। ते हंबड़ा तो इन्नी दूर इत्थे आके लगाण दा की कारण? इसलिए मैं तुहानूं दस्सिया कहता इह थोड़ा एरिया साफ सुथरा, दूसरा छां वगैरह हैगी आ, और तीसरा हम इत्थे कम इन्ना टाइम करिया ਉਸ ਕਰਕੇ ਇਥੇ ਕੋਈ ਜ਼ਿਆਦਾ ਦਿੱਕਤ ਨਹੀਂ ਲੱਗ ਰਹੀ ਕੰਮ ਕਰਨ ਦੇ ਵਿੱਚ। ਜੀ ਫੈਮਿਲੀ ਦੇ ਵਿੱਚ ਕੌਣ ਕੌਣ ਹੈ, ਸਪੋਰਟ ਕਰਦੇ ਨੇ? ਫੈਮਿਲੀ ਮੈਡਮ ਸਾਡੀ ਜੁਆਇੰਟ ਫੈਮਿਲੀ ਹੈ ਸਾਰੀ, ਦੋ ਬੱਚੇ ਆ ਮੇਰੇ, ਇੱਕ ਇੱਕ ਸਾਲ ਦਾ, ਇੱਕ ਪੰਜ ਸਾਲ ਦਾ ਜੀ। ਮੰਮਾ ਡੈਡੀ ਆ, ਤਾਇਆ ਜੀ ਨੇ, ਦੋ ਭਾਈ ਨੇ। ਸਾਥ ਦਿੰਦੇ ਨੇ ਉਹ? ਇੱਦਾਂ ਤਾਂ ਨਹੀਂ ਕਹਿੰਦੇ ਵੀ ਕਿਉਂ ਹੈ ਨਾ ਸੜਕ 'ਤੇ ਕੰਢੇ ਖੜ ਕੇ ਤੁਸੀਂ ਲੱਗੇ ਹੋ ਵੀ, ਜਿਵੇਂ ਪਿੰਡਾਂ 'ਚ ਅਕਸਰ ਕਿਹਾ ਜਾਂਦਾ ਨਾ ਕਿ ਕੁੜੀਆਂ ਨੂੰ ਲੈ ਕੇ ਬਹੁਤ ਪੋਜੈਸਿਵ ਹੁੰਦੇ ਨੇ, ਨੂੰਹਾਂ ਨੂੰ ਲੈ ਕੇ, ਕਹਿੰਦੇ ਨਹੀਂ ਉਹ? ਨਹੀਂ, ਕੋਈ ਫੈਮਿਲੀ ਤਾਂ ਇੱਦਾਂ ਦਾ ਨਹੀਂ ਹੈਗਾ, ਉਹ ਪੂਰੀ ਫੁੱਲ ਸਪੋਰਟ ਕਰਦੇ ਨੇ, ਛੋਟਾ ਬੇਬੀ ਆ ਉਹਨਾਂ ਕੋਲ ਹੀ ਹੁੰਦਾ, ਪੂਰੀ ਸਪੋਰਟ ਕਰਦੇ ਨੇ, ਕੋਈ ਇੱਦਾਂ ਦੀ ਦਿੱਕਤ ਨਹੀਂ ਹੈ। ਬਾਕੀ ਰਹੀ ਗੱਲ ਲੜਕੀਆਂ ਨੂੰ ਬਾਹਰ ਲੈ ਕੇ ਆਉਣ ਦੀ, ਉਹ ਆਪੋ ਆਪਣੀ ਸੋਚ ਹੁੰਦੀ ਹੈ ਮੈਡਮ, ਜੇ ਬੇਟੀ ਭਜਾ ਪੜ੍ਹਾਓ ਬੇਟੀ ਪੜ੍ਹਾਓ ਦੀ ਗੱਲ ਕਰਦੇ ਹਾਂ, ਪਰ ਇਹਨਾਂ ਨੂੰ ਬਾਹਰ ਕੱਢਾਂਗੇ ਫਿਰ ਹੀ ਇਹ ਅੱਗੇ ਵਧਣਗੀਆਂ, ਜੇ ਅਸੀਂ ਸੋਚ ਹੀ ਉਹ ਰੱਖਾਂਗੇ ਮੈਡਮ ਫਿਰ। ਬਹੁਤ ਸੋਹਣਾ ਲੱਗਿਆ ਤੁਹਾਡੇ ਮੂੰਹ ਆਹ ਗੱਲ ਸੁਣ ਕੇ ਕਿ ਹਾਂ ਬੇਟੀਆਂ ਨੂੰ ਬਾਹਰ ਕੱਢਣਾ ਵੀ ਜ਼ਰੂਰੀ ਹੈ, ਜੇ ਪੜ੍ਹਾਉਣਾ ਜ਼ਰੂਰੀ ਹੈ, ਲਿਖਾਉਣਾ ਜ਼ਰੂਰੀ ਹੈ ਤਾਂ ਬੇਟੀਆਂ ਨੂੰ ਬਾਹਰ ਕੱਢਣਾ ਵੀ ਜ਼ਰੂਰੀ ਆ। ਅਤੇ ਲੋਕ ਨੇ ਜਿਹੜੇ ਉਹ ਆ ਕੇ ਖਾਣਾ ਪਸੰਦ ਕਰ ਰਹੇ ਨੇ? ਹਾਂਜੀ ਹਾਂਜੀ ਮੈਡਮ, ਬਹੁਤ ਪਸੰਦ ਕਰ ਰਹੇ, ਕਿਉਂਕਿ ਆਪਾਂ ਜਿੰਨਾ ਵੀ ਹੈ ਸਾਰਾ ਤਾਜ਼ਾ ਹੀ ਫਰੈਸ਼ ਹੀ ਦੇਈਦਾ, ਰੋਟੀ ਵੀ ਸਾਡੀ ਨਾਲ ਦੀ ਨਾਲ ਹੀ ਤਿਆਰ ਹੁੰਦੀ ਆ, ਇਹ ਨਹੀਂ ਆ ਅਸੀਂ ਘਰੋਂ ਬਣਾ ਕੇ ਲਿਆਉਂਦੇ ਹਾਂ, ਸਭ ਕੁਛ ਆਲਰੇਡੀ ਨਾਲ ਦੀ ਨਾਲ ਹੀ ਤਿਆਰ ਜੀ। ਅਤੇ ਆ ਜਿਹੜਾ ਸਾਰਾ ਸੈਟਅਪ ਆ ਲਗਾਇਆ ਤੁਸੀਂ, ਕਿੰਨਾ ਕੁ ਤੁਹਾਨੂੰ ਇਨਵੈਸਟ ਕਰਨਾ ਪਿਆ ਵਾ? ਇਹਦੇ 'ਚ ਮੈਡਮ ਆ ਹੀ ਗਿਆ ਮੇਰਾ 2.5 ਤੋਂ 3 ਲੱਖ ਦੇ ਅੰਦਰ ਅੰਦਰ ਜੀ। ਪਰ ਉਸ ਤੋਂ ਖੁਸ਼ੀ ਆ ਕਿਸੇ ਨੀਚੇ ਕੰਮ ਕਰਨ ਨਾਲੋਂ ਆਪਦੇ ਕੰਮ 'ਚ? ਬਹੁਤ ਖੁਸ਼ੀ ਆ ਮੈਡਮ, ਪੂਰੀ ਖੁਸ਼ੀ ਵੀ ਆ, ਪੂਰੀ ਇੰਜੋਏ ਵੀ ਕਰਦੇ ਆ, ਕੰਮ ਵੀ ਕਰਦੇ ਆ, ਇੰਜੋਏ ਵੀ ਕਰ ਜਾਂਦੇ ਆ, ਨਾਲੇ ਟਾਈਮ ਸਪੈਂਡ ਹੁੰਦਾ, ਬਹੁਤ ਟਾਈਮ ਹੁੰਦਾ। ਕਦੀ ਲੜਾਈ ਲੜੂਈ ਵੀ ਹੋ ਜਾਂਦੀ ਹੈ ਇੱਥੇ ਬੈਠੇ ਬੈਠੇ? ਮਾੜੀ ਮੋਟੀ ਕਰ ਲਈਦੀ ਜੀ। ਕਿਹੜੀਆਂ ਗੱਲਾਂ ਤੇ? ਬਸ ਮਾੜੀ ਮੋਟੀ ਨੋਕ ਝੋਕ ਚੱਲਦੀ ਰਹਿੰਦੀ ਹੈ, ਕਈ ਵਾਰੀ ਸਲਾਦ ਵਿੱਚ ਹੀ ਰੁੱਸ ਜਾਂਦੇ ਨੇ ਮੈਡਮ। ਅੱਛਾ, ਸਲਾਦ ਵਿੱਚ ਕਿੱਦਾਂ ਰੁੱਸ ਜਾਂਦੇ ਨੇ? ਵੀ ਮੈਂ ਨਹੀਂ ਕੱਟਣਾ, ਤੁਸੀਂ ਕੱਟੋਗੇ? ਅੱਛਾ, ਅੱਜ ਮੇਰੀ ਡਿਊਟੀ ਨਹੀਂ ਤੁਹਾਡੀ ਹੈ, ਬਸ ਨਿੱਕੀ ਨਿੱਕੀ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਤੇ ਮੈਡਮ ਕਦੀ ਇਹ ਨਹੀਂ ਕਹਿੰਦੇ ਕਿ ਨਹੀਂ ਨਹੀਂ ਅੱਜ ਰੋਟੀ ਵੀ ਮੈਂ ਨਹੀਂ ਬਣਾਉਣੀ, ਤੁਸੀਂ ਉਹ ਬਣਾਓ? ਮੈਡਮ ਨੂੰ ਪਤਾ ਫਿਰ ਮੈਂ ਨਹੀਂ ਨਾ ਬਣਾ ਸਕਦਾ। ਅੱਛਾ, ਰੋਟੀ ਮੈਡਮ ਬਣਾ ਸਕਦੇ ਨੇ, ਮੈਡਮ ਰੋਟੀ ਵੀ ਬਣਾਉਣ ਤੇ ਬਾਅਦ ਚੋਂ ਸਲਾਦ ਵੀ ਕੱਟਣ, ਗੱਲ ਸੁਣ ਲਓ ਇਹਨਾਂ ਦੀ, ਹੈਨਾ ਜੀ। ਕਿਹੜੇ ਕਿਹੜੇ ਕੰਮ ਕਰਵਾਉਂਦੇ ਹੁੰਦੇ ਫਿਰ ਇਹਨਾਂ ਤੋਂ? ਘਰੇ ਤਾਂ ਲੋਟ ਆਉਂਦੇ ਨਹੀਂ ਹੋਣੇ, ਬਾਹਰ ਹੀ ਕੰਮ ਕਰਵਾ ਸਕਦੇ ਹੋ? ਹਾਂ ਜੀ, ਹੈਨਾ। ਕਿਹੜੇ ਕਿਹੜੇ ਕੰਮ ਕਰਾਉਂਦੇ ਹੋ? ਭਾਂਡੇ ਮੈਂ ਹੀ ਮਾਂਜਦਾ। ਹੈ? ਪਿੰਡ ਤੇ ਹੀ ਧੋਂਦੇ ਨੇ ਜੀ। ਘਰੇ ਵੀ ਧੋਂਦੇ ਆ ਕਦੀ ਕਿ ਨਹੀਂ? ਨਹੀਂ ਨਹੀਂ, ਘਰੇ ਤਾਂ ਭਾਤ ਨਹੀਂ ਲਾਉਂਦੇ ਹੋਵਾਂਗੇ, ਹੈਨਾ? ਨਹੀਂ ਨਹੀਂ, ਵੈਸੇ ਤਾਂ ਘਰੇ ਵੀ ਮਾੜਾ ਮੋਟਾ ਨਾਲ ਕਰਾ ਦਿੰਦੇ ਆ ਹੈਲਪ। ਹਾਂਜੀ, ਕਿਉਂਕਿ ਬੇਟੇ ਛੋਟੇ ਨੇ ਹਜੇ, ਉਹਨਾਂ ਦੀ ਕਰਕੇ। ਹਾਂਜੀ, ਸਲਾਦ ਜਦ ਨਹੀਂ ਕੱਟਦੇ ਫਿਰ ਕੀ ਕਰਦੇ ਹੋ ਤੁਸੀਂ? ਸਲਾਦ ਤਾਂ ਮੈਂ ਇਹੀ ਕੱਟਦੇ ਨੇ, ਸਲਾਦ ਹੀ ਕੱਟਦੇ ਨੇ। ਹਾਂਜੀ, ਕੁੜੀ ਜਿੱਦ ਬਈ ਬੜੀ ਮਾੜੀ ਆ ਨਾ? ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਭਾਂਡੇ ਵੀ ਧਵਾਉਣ ਲਾਤੇ? ਧਵਾਉਣ ਲਾਤੇ ਜੀ, ਬਿਲਕੁਲ, ਤੁਹਾਡੇ ਸਾਹਮਣੇ ਸਾਫ਼ ਕਰ ਰਹੇ ਹਾਂ। ਹਾਂਜੀ, ਚਲੋ। ਸੋ ਤੁਸੀਂ ਵੇਖਿਆ ਕਿ ਬਹੁਤ ਹੀ ਪਿਆਰਾ ਕਪਲ ਆ, ਨੋਕ ਝੋਕ ਵੀ ਚੱਲਦੀ ਰਹਿੰਦੀ ਆ, ਟਾਈਮ ਵੀ ਨਾਲ ਸਪੈਂਡ ਕਰਦੇ ਨੇ, ਨਾਲ ਆਪਦਾ ਕੰਮ ਆ ਜਿਹੜਾ ਕਿ ਸ਼ੁਰੂ ਕੀਤਾ ਹੋਇਆ। ਸਰ ਕਹਿੰਦੇ ਕਿ ਮੈਂ ਪਹਿਲਾਂ ਹੋਟਲ ਦੇ ਵਿੱਚ ਕੰਮ ਕਰਦਾ ਸੀ, ਇੱਕ ਡਰਾਈਵਰ ਸੀਗਾ, ਅਤੇ ਉਸ ਤੋਂ ਬਾਅਦ 'ਚ ਆਪਦਾ ਬਿਜ਼ਨਸ ਸ਼ੁਰੂ ਕਰਨ ਦੀ ਸੋਚਿਆ, ਤਾਂ ਮੈਂ ਉਹਨਾਂ ਨੇ ਇੱਕ ਗੱਡੀ ਆ ਜਿਹੜੀ ਕਿ ਉਹ ਤਿਆਰ ਕਰਵਾਈ। ਗੱਡੀ ਤਿਆਰ ਕਰਵਾਉਣ ਤੋਂ ਬਾਅਦ ਦੋਨੇ ਮੀਆਂ ਬੀਬੀ ਨੇ ਖੁਸ਼ੀ ਖੁਸ਼ੀ ਇੱਥੇ ਖਾ ਪਕਾ ਰਹੇ ਨੇ, ਬਹੁਤ ਸੋਹਣੀ ਤਰ੍ਹਾਂ ਕੰਮ ਕਰ ਰਹੇ ਨੇ। ਜਿਹੜੇ ਕਹਿੰਦੇ ਨੇ ਨਾ ਕਿ ਰੁਜ਼ਗਾਰ ਨਹੀਂ ਹੈਗਾ, ਅਸੀਂ ਆਹ ਨਹੀਂ ਕਰ ਸਕਦੇ, ਅਸੀਂ ਆਹ ਨਹੀਂ ਉਹ ਨਹੀਂ ਕਰ ਸਕਦੇ, ਉਹਨਾਂ ਦੇ ਲਈ ਇੱਕ ਬਹੁਤ ਸੋਹਣੀ ਐਗਜ਼ਾਮਪਲ ਹੈ ਕਿ ਜੇ ਤੁਸੀਂ ਚਾਹੋ ਥੋੜ੍ਹੇ ਜਿਹੇ ਪੈਸੇ ਲਗਾ ਕੇ ਕੁਝ ਵੀ ਕਰ ਸਕਦੇ ਹੋ। ਜਿਵੇਂ ਦੋਨੇ ਮੀਆਂ ਬੀਵੀ ਨੇ ਕੰਮ ਕਰ ਰਹੇ ਨੇ, ਘਰ ਦੇ ਵੀ ਫੁੱਲ ਸਪੋਰਟ ਕਰਦੇ ਪਏ ਨੇ। ਕੈਮਰਾਮੈਨ ਆਕਾਸ਼ ਦੇ ਨਾਲ ਮੈਂ ਈਸ਼ਾ ਪ੍ਰੋ, ਪੰਜਾਬ ਲੁਧਿਆਣਾ।